ਹੈਲੋ ਨਮਸਕਾਰ ਸਤਿ ਸ੍ਰੀ ਅਕਾਲ ਅੱਜ ਆਪਾਂ ਸਿੱਖਾਂਗੇ 7ਵੀਂ ਜਮਾਤ ਦਾ ਪਾਠ ਪਹਿਲਾ ਦਾ ਟਾਈਪਿੰਗ ਟਿਊਟਰ ਇਹਦੇ ਵਿੱਚ ਅਸੀਂ ਟਾਈਪਿੰਗ ਬਾਰੇ ਕੁਝ ਜਾਣਕਾਰੀ ਲਵਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੰਪਿਊਟਰ ਦੇ ਵਿੱਚ ਕੁਝ ਵੀ ਆਪਾਂ ਲਿਖਣਾ ਹੋਵੇ ਤੇ ਹਮੇਸ਼ਾ ਕੀਬੋਰਡ ਤੋਂ ਲਿਖਦੇ ਹਾਂ ਇਹ ਜੋ ਕੀਬੋਰਡ ਹੈ ਇਹਨੂੰ ਚਲਾਉਣ ਦਾ ਇੱਕ ਖਾਸ ਢੰਗ ਹੈ ਇਹਦੇ ਉੱਤੇ ਇੱਕ ਖਾਸ ਢੰਗ ਦੇ ਨਾਲ ਹੱਥ ਰੱਖੇ ਜਾਂਦੇ ਨੇ ਜਿਹਦੇ ਨਾਲ ਇਕ ਖਾ ਕੁਝ ਖਾਸ ਬਟਨ ਖਾਸ ਉਂਗਲਾਂ ਦੇ ਨਾਲ ਹੀ ਪ੍ਰੈਸ ਕੀਤੇ ਜਾਂਦੇ ਨੇ ਜੇ ਆਪਾਂ ਇਹਦੇ ਵਿਚਕਾਰ ਦੇਖੀਏ ਜਿੱਥੇ ਇਹ ਲਿਖਿਆ ਹੋਇਆ ਹੈ ਇਹਦੇ ਨਾਲ ਪੀਲੇ ਬਟਨ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਇਹਨਾਂ ਨੂੰ ਅਸੀਂ ਹੋਮ ਰੋ ਕਹਿੰਦੇ ਆ ਯਾਨੀ ਜਿਸ ਵੇਲੇ ਕੀਬੋਰਡ ਸਟਾਰਟ ਕਰਨਾ ਹੈ ਜਾਂ ਕੰਪਿਊਟਰ ਦੇ ਉੱਤੇ ਬੈਠਣਾ ਹੈ ਤੇ ਸਭ ਤੋਂ ਪਹਿਲੇ ਤੁਹਾਡੀਆਂ ਉਂਗਲਾਂ ਇਹਨਾਂ ਬਟਨਾਂ ਦੇ ਉੱਤੇ ਹੀ ਹੋਣੀਆਂ ਚਾਹੀਦੀਆਂ ਨੇ ਜਿਸ ਤਰ੍ਹਾਂ ਖੱਬੇ ਪਾਸੇ ਜੋ ਹੈ ਇਹ ਤੁਹਾਡੀਆਂ ਖੱਬੇ ਹੱਥ ਵਾਲੀਆਂ ਉਂਗਲਾਂ ਤੇ ਸੱਜੇ ਪਾਸੇ ਤੁਹਾਡੇ ਸੱਜੇ ਹੱਥ ਵਾਲੀਆਂ ਉਂਗਲਾਂਆਂ ਚਾਹੀਦੀਆਂ ਨੇ ਸੋ ਇਹਨੂੰ ਬੜੇ ਧਿਆਨ ਨਾਲ ਯਾਦ ਰੱਖਣਾ ਕਿ ਇਹਨੂੰ ਅਸੀਂ ਹੋਮ ਰੋ ਕਹਿੰਦੇ ਆ ਇਸ ਤੋਂ ਇਲਾਵਾ ਇਹਦੇ ਸੱਜੇ ਹੱਥ ਇੱਕ ਨੰਮੈਰਿਕ ਕੀਪੈਡ ਵੀ ਹੈ ਜਿਹਦੇ ਵਿੱਚ ਕਿ 1 2 3 4 5 6 7 8 9 0 ਸਟਾਰ ਯਾਨੀ ਗੁਣਾ ਜਮਾ ਮਾਈਨਸ ਡਿਵਾਈਡ ਇਨਾਂ ਦੇ ਨਿਸ਼ਾਨ ਬਨੇ ਹੋਏ ਹਨ ਇਹ ਕੈਲਕੂਲੇਟਰ ਨੂੰ ਯੂਜ਼ ਕਰਨ ਵੇਲੇ ਬੜੇ ਕੰਮ ਆਉਂਦੇ ਨੇ ਆਓ ਹੁਣ ਆਪਾਂ ਜਾਣਦੇ ਹਾਂ ਕਿ ਨੰਬਰ ਪੈਡ ਦੀ ਵਰਤੋਂ ਲਈ ਕਿਸ ਕੀ ਦੀ ਕਿਹੜੀ ਕੀ ਔਨ ਹੋਣੀ ਚਾਹੀਦੀ ਹੈ ਸੋਚੋ ਬਿਲਕੁਲ ਸਹੀ ਹੈ ਇਹਦੇ ਵਾਸਤੇ ਨੰਮ ਲੌਕ ਕੀ ਦਾ ਬਲਬ ਜੋ ਹੈ ਉਹ ਜਾਗਦਾ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਰਹੇ ਹੋ ਅਗਰ ਇਹ ਆਫ ਹੋਏਗਾ ਤੇ ਆਪਾਂ ਨੰਬਰ ਟਾਈਪ ਨਹੀਂ ਕਰ ਸਕਦੇ ਅਗਲਾ ਕੁਐਸਚਨ ਹੈ ਕਿ ਹੋਮ ਰੋ ਵਿੱਚ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲੀ ਨਾਲ ਕਿਹੜੀ ਕੀ ਦਬਾਈ ਜਾਂਦੀ ਹੈ ਯਾਨੀ ਜਿਹੜੀ ਸਾਡੀ ਚੀਚੀ ਉਂਗਲੀ ਹੈ ਖੱਬੇ ਹੱਥ ਦੀ ਉਹਦੇ ਨਾਲ ਆਪਾਂ ਕਿਹੜਾ ਬਟਨ ਦਬਾਉਂਦੇ ਹਾਂ ਬਿਲਕੁਲ ਸਹੀ ਜਵਾਬ ਏ ਅਸੀਂ ਇਹਦੇ ਨਾਲ ਇਹ ਸੰਗਲ ਦੇ ਨਾਲ ਦਬਾਨੇ ਤੁਸੀਂ ਪਿਕਚਰ ਦੇਖੋ ਇਤੋਂ ਤੁਹਾਨੂੰ ਆਈਡੀਆ ਹੋ ਜਾਏਗਾ ਜਿਸ ਵੇਲੇ ਤੁਸੀਂ ਪੇਪਰ ਦੇ ਵਿੱਚ ਲਿਖੋਗੇ ਤੇ ਇਹ ਪਿਕਚਰ ਤੁਹਾਡੇ ਦਿਮਾਗ 'ਚ ਤੁਹਾਡੀ ਹੈਲਪ ਕਰੇਗੀ ਦੇਖ ਲਿਆ ਚਲੋ ਆਪਾਂ ਅਗਲੇ ਕੁਐਸਚਨ ਵੱਲ ਚੱਲਦੇ ਹਾਂ ਕਿ ਹੋਮ ਰੋ ਵਿੱਚ ਸੱਜੇ ਹੱਥ ਦੀ ਮਧ ਯਾਨੀ ਵਿਚਕਾਰਲੀ ਉਂਗਲੀ ਨਾਲ ਕਿਹੜਾ ਬਟਨ ਦਬਾਇਆ ਜਾਂਦਾ ਹੈ ਸੱਜੇ ਹੱਥ ਦੀ ਜਿਹੜੀ ਸਭ ਤੋਂ ਵੱਡੀ ਉਂਗਲ ਹੁੰਦੀ ਹੈ ਉਦੋਂ ਕਿਹੜਾ ਬਟਨ ਦਬਦਾ ਹੈ ਬਿਲਕੁਲ ਸਹੀ ਜਵਾਬ ਕੇ ਸੱਜੇ ਹੱਥ ਦੀ ਵਿਚਕਾਰਲੀ ਜਿਹੜੀ ਵੱਡੀ ਉਂਗਲ ਹੈ ਉਹਦੇ ਨਾਲ ਕੇ ਦਬਾਇਆ ਜਾਂਦਾ ਹੈ ਇਹ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖਣਾ ਹੈ ਤੁਸੀਂ ਖੱਬੇ ਹੱਥ ਦੀ ਜਿਹੜੀ ਛੋਟੀ ਉਂਗਲ ਹੈ ਉਹਦੇ ਨਾਲ ਏ ਔਰ ਇਹਦੇ ਨਾਲ ਕੇ ਦਬਾਇਆ ਜਾਂਦਾ ਹੈ ਦੂਜੀ ਰੋ ਵਿੱਚ ਖੱਬੇ ਹੱਥ ਦੀ ਰਿੰਗ ਫਿੰਗਰ ਨਾਲ ਰਿੰਗ ਉਂਗਲੀ ਨਾਲ ਕਿਹੜੀ ਕੀ ਦਬਾਈ ਜਾਂਦੀ ਹੈ ਦੂਸਰੀ ਰੋ W ਦੂਸਰੀ ਰੋ ਕਿਹਨੂੰ ਕਹਿੰਦੇ ਆ ਜਿਹੜੀ ਹੋਮ ਰੋ ਦੇ ਉੱਪਰਲੀ ਰੋ ਹੁੰਦਾ ਖੱਬੇ ਹੱਥ ਦੀ ਰਿੰਗ ਫਿੰਗਰ ਯਾਨੀ ਜਿਹਦੇ ਵਿੱਚ ਅੰਗੂਠੀ ਪਾਈ ਜਾਂਦੀ ਹੈ ਦੇਖ ਲਿਆ ਸਾਰੇ ਨੇ ਚਲੋ ਆਗਲੇ ਕੁਐਸਚਨ ਵੱਲ ਚੱਲਦੇ ਤੀਜੀ ਰੋ ਵਿੱਚ ਸੱਜੇ ਹੱਥ ਦੀ ਇੰਡੈਕਸ ਉਂਗਲੀ ਨਾਲ ਕਿਹੜੀ ਕੀ ਦਬਾਈ ਜਾਂਦੀ ਹੈ ਤੀਸਰੀ ਰੋ ਕਿਹੜੀ ਹੁੰਦੀ ਹੈ ਜਿਹੜੀ ਹੋਮ ਰੋ ਦੇ نیچے ਯਾਨੀ Z ਵਾਲੀ ਲਾਈਨ ਹੁੰਦੀ ਹੈ ਬਿਲਕੁਲ ਸਹੀ ਜਵਾਬ ਇਹਦੇ ਵਿੱਚ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਅਸੀਂ M ਔਰ N ਦਬਾਨਿਆ ਪਹਿਲੀ ਉਂਗਲ ਨੂੰ ਅਸੀਂ ਇੰਡੈਕਸ ਫਿੰਗਰ ਵੀ ਕਹਿੰਦੇ ਹਾਂ ਤੇ ਉਮੀਦ ਹੈ ਤੁਹਾਨੂੰ H ਇਸ ਬੜੀ اچھی ਤਰੀਕੇ ਨਾਲ ਸਮਝ ਆ ਗਈ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਕਰ